2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ। ਸੋਸ਼ਲ ਮੀਡੀਆ ਤੇ ਇੱਕ ਪੋਸਟਰ ਵਾਇਰਲ ਹੁੰਦਾ ਦਿਖਾਈ ਦੇ ਰਿਹਾ ਜੋ ਸ਼੍ਰੋਮਣੀ ਅਕਾਲੀ ਦਲ ਦਾ ਹੈ। ਇਸ ਵਿੱਚ ਲਿਖਿਆ ਹੋਇਆ ਹੈ, ਹਰ ਪਿੰਡ ਹਰ ਸ਼ਹਿਰ ਦੀ ਪੁਕਾਰ, ਕਦੇ ਨਾ ਆਵੇ ਅਕਾਲੀ ਦਲ ਦੀ ਸਰਕਾਰ। ਇਸ ਪੋਸਟਰ ਦੇ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਦਵਿੰਦਰ ਸਿੰਘ ਬੀਲਾ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਦਵਿੰਦਰ ਬੀਲਾ ਨੇ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਕਈ ਵਰਕਰਾਂ ਦੇ ਖਿਲਾਫ ਪਰਚਾ ਦਰਜ ਕਰਵਾ ਦਿੱਤਾ ਹੈ। ਉਹਨਾਂ ਨੇ ਸ਼ਿਕਾਇਤ ਦੇਣ ਤੋਂ ਬਾਅਦ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਵੀ ਪਾਈ ਹੈ ਕਿ ਇਹਨਾਂ 'ਤੇ ਪਰਚਾ ਦਰਜ ਹੋ ਚੁੱਕਿਆ ਹੈ। ਉਹਨਾਂ ਦਾ ਕਹਿਣਾ ਕਿ ਜੋ ਪੋਸਟਰ ਵਾਇਰਲ ਕੀਤਾ ਜਾ ਰਿਹਾ ਹੈ ਉਹ ਐਡਿਟ ਕੀਤਾ ਹੋਇਆ ਹੈ। ਜੋ ਪੋਸਟਰ ਮੇਰੇ ਵੱਲੋਂ ਲਗਵਾਏ ਗਏ ਨੇ ਉਹਨਾਂ ਵਿੱਚ ਲਿਖਿਆ ਗਿਆ ਕਿ ਹਰ ਪਿੰਡ ਹਰ ਸ਼ਹਿਰ ਦੀ ਪੁਕਾਰ, 2022 ਵਿੱਚ ਬਣੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦੇ ਲੋਕ ਸਾਡੀ ਪਾਰਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਜਿਸ ਦੇ ਲਈ ਸਿੱਧੇ ਤੌਰ 'ਤੇ ਭਗਵੰਤ ਮਾਨ ਵੀ ਜ਼ਿੰਮੇਵਾਰ ਨੇ, ਕਿਉਂਕਿ ਉਹਨਾਂ ਦੇ ਨਾਂ ਹੇਠ ਜੋ ਪੇਜ ਚੱਲ ਰਹੇ ਨੇ ਉਹਨਾਂ 'ਤੇ ਹੀ ਇਹ ਪੋਸਟਰ ਵਾਇਰਲ ਕੀਤੇ ਜਾ ਰਹੇ ਨੇ। ਕਿਸ ਤਰ੍ਹਾਂ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਦਵਿੰਦਰ ਸਿੰਘ ਬੀਲਾ ਨੇ, ਤੁਸੀਂ ਖੁਦ ਹੀ ਦੇਖ ਲਓ। ਇਹ ਜੀ, ਮੈਂ 15 ਤਰੀਕ ਨੂੰ ਫਲੈਕਸ ਬੋਰਡ ਲਗਵਾਏ ਸੀਗੇ ਸੁਤੰਤਰਤਾ ਦਿਵਸ ਦੇ ਉੱਤੇ, ਔਰ ਨਾਲ ਮੈਂ ਲਗਵਾਏ ਸੀਗੇ ਕਿ ਹਰ ਪਿੰਡ ਹਰ ਸ਼ਹਿਰ ਦੀ ਪੁਕਾਰ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਤੁਸੀਂ ਪਿੱਛੇ ਦੇਖ ਸਕਦੇ ਹੋ, ਲੱਗੇ ਹੋਏ ਨੇ ਉੱਥੇ, ਮੇਰਾ ਦਫ਼ਤਰ ਹੈ ਇੱਧਰ। ਔਰ ਜਦੋਂ ਮੈਂ ਕੱਲ੍ਹ 17 ਤਰੀਕ ਨੂੰ ਉੱਠਿਆ ਤਾਂ ਮੈਨੂੰ ਇੱਕ ਫੋਨ ਆਇਆ, ਕਿਹਾ ਜੀ ਤੁਹਾਡੇ ਤੋਂ ਫਲੈਕਸ ਗਲਤ ਲੱਗ ਗਏ। ਮੈਂ ਕਿਹਾ ਜੀ ਕੀ ਹੋ ਗਿਆ? ਕਹਿੰਦੇ ਉਹ 'ਤੇ ਲਿਖਿਆ ਕਿ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਥਾਂ 'ਤੇ ਲਿਖਿਆ ਕਿ ਕਦੇ ਵੀ ਨਾ ਆਵੇ ਅਕਾਲੀ ਦਲ ਦੀ ਸਰਕਾਰ, ਇਹ ਲਿਖਿਆ। ਮੈਂ ਕਿਹਾ ਜੀ ਇਹ ਐਡਿਟ ਕਰੀ ਹੋਈ ਆ, ਤੁਸੀਂ ਫੌਂਟ ਚੈੱਕ ਕਰੋ। ਸੋ ਉਹਨਾਂ ਨੇ ਜਦੋਂ ਦੇਖਿਆ ਧਿਆਨ ਦੇ ਨਾਲ ਕਿ ਬਿਲਕੁਲ ਇਹ ਆਮ ਆਦਮੀ ਪਾਰਟੀ ਵਾਲੇ, ਇਹਨਾਂ ਦੇ ਬਹੁਤ ਫੇਕ ਆਈਡੀਜ਼ ਨੇ, ਮਾਮਾ ਭੈਣਾਂ ਦੀਆਂ ਗਾਲਾਂ ਵੀ ਸਾਰਾ ਦਿਨ ਕੱਢਦੇ ਰਹਿੰਦੇ ਨੇ ਇਹ, ਕਿਉਂਕਿ ਮੈਂ ਇੱਕ ਬੇਨਤੀ ਕੀਤੀ ਸੀ ਇਹਨਾਂ ਨੂੰ ਬਹੁਤ ਟਾਈਮ ਦੇ ਨੇ, ਜਦੋਂ ਦਾ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਆਇਆ, ਇਹਨਾਂ ਨੂੰ ਛੱਡ ਕੇ ਜਦੋਂ ਮੈਂ ਇਹਨਾਂ ਨਕਲੀ ਇਨਕਲਾਬ ਦੇਖਿਆ, ਕਿ ਆਪਾਂ ਸੋਸ਼ਲ ਮੀਡੀਆ 'ਤੇ ਸਾਰਿਆਂ ਦੀਆਂ ਮਾਮਾ ਭੈਣਾਂ ਦੇਖਦੀਆਂ ਨੇ, ਸਾਰੇ ਆਪਣੇ ਪਰਿਵਾਰ ਨੇ, ਰਾਜਨੀਤੀ ਇੱਕ ਤੁਸੀਂ ਕਿਸੇ ਗੱਲ 'ਤੇ ਕਰੋ, ਤੁਸੀਂ ਤਰਕ 'ਤੇ ਕਰੋ, ਹੈ ਨਾ, ਅਤੇ ਇਹ ਬਾਜ ਨਹੀਂ ਆਏ। ਇਹ ਭਗਵੰਤ ਮਾਨ ਯੂਥ ਫੈਨ ਦੇ ਪੇਜ ਤੋਂ ਇਹ ਜਿਹੜੀ ਹਰਕਤ ਹੋਈ ਹੈ, ਔਰ ਨਾਲ ਬਹੁਤ ਸਾਰੇ ਇਹਦੇ ਵਿੱਚ ਮੁੰਡੇ ਨੇ, ਮਹਿਤਾ ਹੈ, ਦਲਵੀਰ ਹੈ, ਸਾਰਿਆਂ 'ਚ ਅੱਜ SSP ਸਾਹਿਬ ਦੇ ਕੋਲ ਅਸੀਂ ਇੰਡੀਅਨ ਪੀਨਲ ਕੋਡ ਦੀਆਂ ਧਰਾਵਾਂ ਜਿਹੜੀਆਂ ਹੈਗੀਆਂ ਨੇ, ਤਾਜੀਰਾ ਅਤੇ ਹਿੰਦ ਐਂਡ ਸਾਈਬਰ ਕ੍ਰਾਈਮ, ਉਹ ਸਾਰੀਆਂ ਧਰਾਵਾਂ ਅਸੀਂ ਮੰਗ ਕੀਤੀ ਹੈ। ਔਰ ਨਾਲ ਹੀ ਮੈਂ MP ਸਾਹਿਬ ਦੀ ਬਰਖਾਸਤੀ ਦੀ ਮੰਗ ਕਰੀ ਹੈ ਕਿ ਇਹਨੂੰ ਬਰਖਾਸਤ ਕਰੋ, ਕਿਉਂਕਿ ਪਾਰਲੀਮੈਂਟ ਵਿੱਚ ਵੀ ਜਾ ਕੇ ਇਹ ਦਾਰੂ ਪੀ ਕੇ ਜਾਂਦਾ ਹੈ, ਔਰ ਇਹ ਇੱਕ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਗੱਲਾਂ ਕੰਟਰੋਲ ਹੀ ਨਹੀਂ ਕਰ ਸਕਿਆ ਕਿ ਸਾਡੀ ਪਾਰਟੀ ਕੀ ਕਰ ਰਹੀ ਹੈ। ਅਸੀਂ ਜੀ ਭਗਵੰਤ ਮਾਨ ਦੇ ਖਿਲਾਫ, ਨਾਲ ਉਹਦੇ ਜਿੰਨੇ ਵੀ ਇਹਦੇ ABCDEFGH ਬੰਦੇ ਨੇ, ਨਾਲ ਸਾਰੇ ਉਹਨਾਂ ਦੇ IP ਜਿਹੜੇ ਹੈਗੇ ਨੇ, ਕੱਢ ਕੇ ਸਾਰਾ ਸਿਸਟਮ, ਬਹੁਤ ਵੱਡਾ ਇੱਕ ਚਿੱਠਾ, ਐਡਾ ਚਿੱਠਾ ਦਿੱਤਾ ਹੈ, ਉਹ ਅਸੀਂ SP ਸਾਹਿਬ ਨੂੰ ਦੇਖਿਆ ਕਿ ਤੁਸੀਂ ਇਹਦੀ ਕਰਕੇ ਜਾਂਚ ਸਾਈਬਰ ਕ੍ਰਾਈਮ ਰਾਹੀਂ, ਔਰ ਨਾਲ ਇਹਨਾਂ 'ਤੇ ਜਿਹੜੀ ਧਰਾਵਾਂ ਲਾਓ, ਇਹਦੀ ਕਾਪੀ PM ਸਾਹਿਬ ਸ਼੍ਰੀ ਨਰਿੰਦਰ ਮੋਦੀ, CM ਸਾਹਿਬ, ਕੈਪਟਨ ਸਾਹਿਬ, ਮਿਨਿਸਟਰੀ ਆਫ ਹੋਮ ਅਫੇਅਰਸ, IG ਚੰਡੀਗੜ੍ਹ, SSP ਸਾਹਿਬ ਬਰਨਾਲਾ ਸੰਗਰੂਰ, DC ਬਰਨਾਲਾ ਐਂਡ ਸੰਗਰੂਰ ਕੋਲ ਵੀ ਕਾਪੀ ਚਲੀ ਗਈ। ਇਹ ਤਾਂ ਜੀ ਮੇਰੇ ਕੋਲ ਚਿੱਠਾ ਬਹੁਤ ਬੜਾ ਹੈ, ਅਤੇ ਇਹ ਮੈਂ ਤੁਹਾਨੂੰ WhatsApp ਕਰ ਦੂੰਗਾ, ਬਹੁਤ ਵੱਡਾ ਚਿੱਠਾ ਹੈ ਇਹ, ਭਗਵੰਤ ਮਾਨ ਫੈਨ ਪੇਜ ਤੋਂ ਲੈ ਕੇ ਥੱਲੇ, ਕਿਉਂਕਿ ਦੇਖੋ ਤੁਹਾਡੇ ਨਾਂ 'ਤੇ ਜਦੋਂ ਕੋਈ ਪੇਜ ਚੱਲੇ ਤੁਹਾਨੂੰ ਪਤਾ ਹੋਣਾ ਚਾਹੀਦਾ। ਹੁਣ ਉਹਨੇ ਇੱਕ ਟੁੱਚੀ ਹਰਕਤ ਕਰੀ ਹੈ ਕਿ ਬੀਲਾ ਬਾਊਂਸਰਾਂ ਵਾਲਾ, ਉਹ ਹੁਣ ਮੈਂ ਬੰਦ ਕਰਵਾ ਰਿਹਾ ਫੇਸਬੁੱਕ ਤੋਂ, ਔਰ ਜਿਹਨੇ ਵੀ ਉਹ ਬਣਵਾਈ ਹੈ ਉਹ ਮੈਨੂੰ ਦੇ ਦੇਣੀ ਹੈ ਫੇਸਬੁੱਕ ਵਾਲਿਆਂ ਨੇ ਉਹਦੀ ਇਨਫੋਰਮੇਸ਼ਨ ਕਿ ਕਿਹੜੇ IP ਐਡਰੈਸ ਤੋਂ ਪਈ ਆ, ਉਹ 'ਤੇ ਵੀ ਕੇਸ ਹੋਏਗਾ ਅਲੱਗ ਤੌਰ 'ਤੇ। ਵੀਰ ਜੀ, ਜਿਹੜੇ ਬਰਨਾਲਾ ਦੇ MLA ਨੇ, ਇਹਨਾਂ ਦਾ ਮੁੰਡਾ ਝਾੜੂ ਵਾਲਿਆਂ ਦਾ, ਉਹਦੇ ਕੋਲ ਫੇਕ ID ਬੜੀਆਂ ਨੇ, 2016 ਤੋਂ 15 ਤੋਂ ਬੜੀਆਂ ID ਨੇ ਉਹਦੇ ਕੋਲ, ਮੈਂ ਤਾਂ ਇਹਨਾਂ ਦੀ ਰਗ ਰਗ ਤੋਂ ਵਾਕਫ ਹੈ।